ਆਲਟੋ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ। ਜੈਵ ਰੋਡ 'ਤੇ ਤਫਤੀਸ਼ ਸਟੈਂਡਿੰਗ ਕੰਪਨੀ ਦੀ ਦੁਕਾਨ ਵਿੱਚ ਅਚਾਨਕ ਅੱਗ ਲੱਗ ਜਾਣ ਕਾਰਨ ਦੁਕਾਨ ਮਾਲਿਕ ਦਾ ਲੱਖਾਂ ਰੁਪਇਆ ਦਾ ਨੁਕਸਾਨ ਹੋਇਆ ਹੈ। ਮੌਕੇ 'ਤੇ ਫਾਇਰ ਬ੍ਰਿਗੇਡ ਵਿਭਾਗ ਦੀਆਂ 3 ਗੱਡੀਆਂ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਇਸ ਮਾਮਲੇ ਸੰਬੰਧੀ ਦੁਕਾਨ ਮਾਲਕ ਨੇ ਦੱਸਿਆ ਕਿ ਉਹ ਸ਼ਾਮ 5:30 ਵਜੇ ਆਪਣੀ ਦੁਕਾਨ ਬੰਦ ਕਰਕੇ ਚਲੇ ਗਏ। ਬਾਅਦ ਵਿੱਚ ਉਹਨਾਂ ਨੂੰ ਫੋਨ ਆਇਆ ਕਿ ਉਹਨਾਂ ਦੀ ਦੁਕਾਨ ਵਿੱਚੋਂ ਧੂੰਆਂ ਨਿਕਲ ਰਿਹਾ ਹੈ। ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਉਹਨਾਂ ਦੀ ਦੁਕਾਨ ਵਿੱਚ ਅੱਗ ਲੱਗ ਚੁੱਕੀ ਸੀ। ਦੁਕਾਨ ਮਾਲਕ ਨੇ ਦੱਸਿਆ ਹਲੇ ਤੱਕ ਅੱਗ ਲੱਗਣ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ ਅਤੇ ਇਸ ਅੱਗ ਦੀ ਭੇਟ ਵਿੱਚ ਉਹਨਾਂ ਦਾ ਲੱਖਾਂ ਰੁਪਇਆ ਦਾ ਨੁਕਸਾਨ ਹੋ ਗਿਆ ਹੈ। ਉੱਧਰ ਮੌਕੇ 'ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਬਾਲਾ ਨੇ ਕਿਹਾ ਇਹ ਇੱਕ ਮਦਭਾਗੀ ਦੁਰਘਟਨਾ ਹੈ ਅਤੇ ਉਹ ਦੁਕਾਨ ਮਾਲਕ ਦੀ ਪਛਾਣ ਵੱਲੋਂ ਉਸ ਦੀ ਮਦਦ ਕਰਾਉਣਗੇ। ਆਹੋ ਦੇਖਦੇ ਹਾਂ ਇੱਕ ਰਿਪੋਰਟ। ਬੰਦ ਕਰਕੇ ਘਰ ਗਏ ਆ, ਉਸ ਤੋਂ ਬਾਅਦ ਹੀ ਕਿਸੇ ਨੇ ਟੈਲੀਫੋਨ ਕੀਤਾ ਵੀ ਧੂੰਆਂ ਨਿਕਲਦਾ ਪਿਆ, ਅਸੀਂ ਆਏ ਹਾਂ ਅਤੇ ਅੱਗ ਲੱਗੀ। ਅਸੀਂ ਗਏ ਹਾਂ 5:30 ਵਜੇ ਬੰਦ ਕਰਕੇ, ਉਸ ਤੋਂ ਬਾਅਦ ਘਰ ਗਏ ਹਾਂ। ਉਸ ਤੋਂ ਬਾਅਦ ਕੁਛ ਨਹੀਂ ਪਤਾ ਲੱਗਦਾ, ਕੀ ਪਤਾ ਲੱਗਦਾ, ਕੁਛ ਨਹੀਂ ਪਤਾ ਜੀ। ਆਏ ਕੰਮ ਲੱਗੀ, ਅੱਗ ਬੁਝਾ ਆਖਿਆ ਜੀ। ਮੈਨੂੰ ਸਾਡੇ ਸਾਥੀ ਨੇ ਮਨਜੀਤ ਸਿੰਘ ਜੀ, ਮੈਂ ਤਾਂ ਆਪਣੇ ਮੀਟਿੰਗ 'ਤੇ ਸੀਗਾ ਅਤੇ ਇਹਨਾਂ ਦੱਸਿਆ ਕਿ ਇੱਥੇ ਆ ਬਿੱਟੂ ਕਰਿਆਨੇ ਵਾਲੇ ਅਜੇ ਰੋਡ ਦੇ ਉੱਤੇ ਅਤੇ ਕਰਿਆਨੇ ਦੀ ਦੁਕਾਨ ਨੂੰ ਜਿਹੜੀ ਆ ਉਹ ਅੱਗ ਲੱਗੀ ਹੋਈ ਹੈ ਅਤੇ ਜਿਹੜੇ ਫਾਇਰ ਬ੍ਰਿਗੇਡ ਵਾਲੇ ਬੁਝਾ ਰਹੇ ਆ। ਸੋ ਮੈਨੂੰ ਆਣ ਕੇ ਵੇਖ ਕੇ ਬੜਾ ਦੁੱਖ ਲੱਗਿਆ ਕਿ ਇਹ ਦੁਕਾਨਦਾਰ ਦਾ ਪਤਾ ਲੱਗਿਆ, ਉਹ ਮਿਲਿਆ ਸੀ ਉਹਨਾਂ ਨੂੰ ਬਿੱਟੂ ਹੁਣਾਂ ਨੂੰ, ਤਾਂ ਉਹਨਾਂ ਦੱਸਿਆ ਕਿ ਅਸੀਂ ਤਾਂ ਦੁਕਾਨ ਬੰਦ ਕਰਕੇ ਘਰ ਚਲੇ ਗਏ ਸੀਗੇ, ਪਰ ਬਾਅਦ 'ਚ ਕਿਸੇ ਨੇ ਦੱਸਿਆ ਕਿ ਇਹਨਾਂ ਦੀ ਦੁਕਾਨ 'ਚ ਧੂੰਆਂ ਨਿਕਲ ਲਿਆ। ਮੈਂ ਵੇਖਿਆ ਕਿ ਕਾਫ਼ੀ, ਮੈਂ ਜੋ ਵੇਖਿਆ ਮੇਰੇ ਹਿਸਾਬ ਨਾਲ ਤਾਂ ਲੱਖਾਂ ਰੁਪਈਆਂ ਦਾ ਨੁਕਸਾਨ ਹੋਇਆ ਉਹਨਾਂ ਦਾ ਅਨਕਾਊਂਟੇਬਲ ਆ। ਇਹ ਤਾਂ ਹੁਣ ਬਾਅਦ 'ਚ ਸਵੇਰੇ ਜਦੋਂ ਅੱਗ ਹੁਣ ਬੁੱਝ ਗਈ ਆ, ਕਾਫ਼ੀ ਜਦੋਂ ਜਹਿਦ ਦੇ ਬਾਅਦ ਅੱਗ ਜਿਹੜੀ ਬੁਝਾਈ ਗਈ ਆ, ਅਤੇ ਜਿਹੜੇ ਮੈਂ ਇਹਨਾਂ ਦੇ ਜਿਹੜੇ ਕਰਮੀ ਨੇ ਅੱਗ ਬੁਝਾਉਣ ਵਾਲੇ, ਇਹਨਾਂ ਦਾ ਵੀ ਜਿਹੜੇ ਸਾਥੀਆਂ ਸਹਿਯੋਗ ਦਿੱਤਾ, ਉਹਨਾਂ ਸਾਰਿਆਂ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਇੱਕ ਬੜਾ ਵੱਡਾ ਹਾਦਸਾ ਹੋਣ ਤੋਂ ਅਜੇ ਵੀ ਬਚਾਇਆ, ਕਿਉਂਕਿ ਲਾਗੇ ਦੁਕਾਨਾਂ ਦੇ ਉਹਨਾਂ ਦੁਕਾਨਾਂ ਨੂੰ ਵੀ ਅੱਗ ਜਿਹੜੀ ਉਹ ਪੈ ਸਕਦੀ। ਸੋ ਇਸ ਕਰਕੇ ਬੜੀ ਦੁੱਖਦਾਈ ਅਤੇ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਹੈ ਜੀ। ਅੱਜ ਮੈਨੂੰ ਆ ਸਾਡੇ ਸਾਥੀ ਨੇ, ਸਾਡੇ ਮਨਜੀਤ ਸਿੰਘ ਵਪਾਰ ਮੰਡਲ ਦੇ, ਇਹਨਾਂ ਨੇ ਮੈਨੂੰ ਦੱਸਿਆ ਕਿ ਬਾਲਾ ਸਾਹਿਬ ਜਿਹੜੀ ਉਹ ਤੁਹਾਡੇ ਇਹ ਜੇ ਰੋਡ ਦੇ ਉੱਤੇ ਅੱਗ ਲੱਗੀ ਹੋਈ ਆ ਅਤੇ ਬਹੁਤ ਜਨਤਾ ਜਿਹੜੀ ਆ ਉਹ ਇਕੱਠੀ ਹੋਈ ਆ, ਅਤੇ ਮੇਰਾ ਵੀ, ਮੈਂ ਫਿਰ ਸੁਣ ਕੇ ਰਹਿ ਨਹੀਂ ਸਕਿਆ ਅਤੇ ਮੈਂ ਵੀ ਆਪਣੇ ਸਾਥੀਆਂ ਦੇ ਨਾਲ ਇੱਥੇ ਆਇਆ ਅਤੇ ਆਣ ਕੇ ਵੇਖਿਆ ਅਤੇ ਉਹ ਪਰਿਵਾਰ ਨਾਲ ਉਹਨਾਂ ਨਾਲ ਵੀ ਇਹ ਜਿਹੜਾ ਉਹ ਦੁੱਖ ਦਾ ਇਜ਼ਹਾਰ ਕੀਤਾ ਕਿ ਤੁਹਾਡਾ ਨੁਕਸਾਨ ਹੋਇਆ, ਅਤੇ ਸਾਡਾ ਮੇਰਾ ਇਖਲਾਕੀ ਫਰਜ਼ ਵੀ ਬਣਦਾ ਸੀ ਕਿ ਮੈਂ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਾਂ। ਮੈਂ ਕੋਸ਼ਿਸ਼ ਕਰਾਂਗਾ ਜੀ, ਇੱਕ ਮੇਰੇ ਇੱਕ ਪਹਿਲੀ ਗੱਲ ਤਾਂ ਇਹਨਾਂ ਦਾ ਮੈਨੂੰ ਪਤਾ ਲੱਗਿਆ ਕਿ ਦੁਕਾਨ ਦਾ ਕੋਈ ਬੀਮਾ ਉਹਨਾਂ ਵੀ ਕਰਵਾਇਆ ਹੋਏਗਾ, ਜੇ ਉੱਦਾਂ ਵੀ ਆਪਾਂ ਐਡਮਿਨਿਸਟ੍ਰੇਸ਼ਨ ਨੂੰ ਕਵਾਂਗੇ ਕਿ ਜਿਹੜਾ ਇੱਦਾਂ ਅਨਫਾਰਚੂਨੇਟਲੀ ਜਿਹੜੀ ਬਿਜਲੀ ਦੇ ਸਰਕਟ ਨਾਲ ਜਾਂ ਇੱਦਾਂ ਦੀ ਕੋਈ ਘਟਨਾ ਵਾਪਰਦੀ ਆ, ਅਸੀਂ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਇਹਨਾਂ ਦਾ ਜਿਹੜਾ ਕੋਈ ਮੁਆਵਜ਼ਾ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਕਿ ਮੁੜ ਕੇ ਆਪਣੇ ਜਿਹੜੀ ਉਹ ਦੁਕਾਨ ਜਿਹੜੀ ਆ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ। ਜੇ ਰੋਡ ਉੱਪਰ ਸਤੀਸ਼ ਟ੍ਰੇਡਿੰਗ ਕੰਪਨੀ ਜਿਹੜੀ ਬਲਬੀਰ ਕੁਮਾਰ ਦੀ ਦੁਕਾਨ ਆ ਕਰਿਆਨੇ ਦੀ, ਉੱਥੇ ਮੈਨੂੰ ਐਸ ਪੀ ਸਾਹਿਬ ਵੱਲੋਂ ਕਾਲ ਆਈ ਵੀ ਜਲਦੀ ਪਹੁੰਚੋ, ਅਸੀਂ ਇਲਾਕੇ ਦੇ ਵਿੱਚ ਸੀਗੇ। ਜਿੱਥੇ ਅਸੀਂ ਮੈਂ ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਉੱਥੇ ਦੁਕਾਨ ਵਿੱਚ ਅੱਗ ਲੱਗੀ ਪਈ ਸੀ ਅਤੇ ਕਾਫ਼ੀ ਉੱਥੇ ਲੋਕ ਵੀ ਜਮ੍ਹਾਂ ਹੋਏ ਪਏ ਸੀ, ਜਿੱਥੇ ਅਸੀਂ ਉੱਥੇ ਫਾਇਰ ਬ੍ਰਿਗੇਡ ਵੀ ਪਹੁੰਚ ਚੁੱਕੀ ਸੀ ਉਸ ਟਾਈਮ, ਫਾਇਰ ਬ੍ਰਿਗੇਡ ਨੂੰ ਕਾਲ ਵੀ ਕਰ ਦਿੱਤੀ, ਦੂਸਰੀ ਗੱਡੀ ਵੀ ਫਾਇਰ ਬ੍ਰਿਗੇਡ ਦੀ ਮੰਗਾ ਲਈ।
ਤੇ ਜਿਹੜੀ ਟ੍ਰੈਫਿਕ ਸੀ ਉਹਨੂੰ ਡਾਇਵਰਟ ਕਰ ਦਿੱਤਾ ਵੀ ਉੱਥੇ ਪਬਲਿਕ ਦੀ ਆਵਾਜਾਈ ਬੰਦ ਹੋ ਜਾਵੇ, ਜਿੱਥੇ ਜਿਹੜਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪ੍ਰੋਪਰਲੀ ਵਰਕ ਕਰ ਸਕਣ ਤੇ ਪ੍ਰੋਪਰਲੀ ਉਸਨੂੰ ਆਪਾਂ ਅੱਗ ਤੇ ਕੰਟਰੋਲ ਕਰ ਸਕੀਏ। ਤੇ ਉੱਥੇ ਪੂਰਾ ਅਸੀਂ ਫਿਰ ਉੱਥੇ ਅੱਗ ਤੇ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ, ਪਰ ਅੰਦਰ ਅੱਗ ਸੀਗੀ ਜਿੱਥੇ ਮੁੜ ਕੇ ਅਸੀਂ ਅੰਦਰ ਜਾ ਕੇ ਤੇ ਉਹਨਾਂ ਨੂੰ ਅੱਗ ਨੂੰ ਕੰਟਰੋਲ ਕੀਤਾ। ਅਸੀਂ ਦੇਖਿਆ ਨੁਕਸਾਨ ਹੋ ਚੁੱਕਾ ਸੀ, ਲੇਕਿਨ ਜਿਹੜਾ ਪਿਛਲੀ ਬੈਕ ਸਾਊਟ ਸੀ ਆਲਮੋਸਟ ਉਹ ਬਚ ਚੁੱਕਾ ਸੀਗਾ, ਕਿਉਂਕਿ ਟਾਈਮ ਸਿਰ ਉਹਨੂੰ ਕੰਟਰੋਲ ਕਰ ਲਿਆ ਗਿਆ, ਪੁਲਿਸ ਵੀ ਉੱਥੇ ਪਹੁੰਚ ਗਈ ਸੀ, ਫਿਰ ਈਵਨ ਦੈਨ ਉੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਗਈਆਂ ਸੀ, ਬਾਕੀ ਅਮਲਾ ਸ਼ਾਖਾ ਜਿਹੜਾ ਉੱਥੇ ਪਹੁੰਚ ਚੁੱਕਾ ਸੀਗਾ ਜੀ। ਬਾਹਰ ਆਊਟਰ ਤੇ ਨੁਕਸਾਨ ਸੀ, ਜਿਹੜਾ ਅੰਦਰ ਦੁਕਾਨ ਦੇ ਉਹ ਨੁਕਸਾਨ ਸੀਗਾ, ਜਿਸ ਤਰ੍ਹਾਂ ਹੁਣ ਉੱਥੇ ਇਨਵਰਟਰ ਲੱਗਾ ਸੀਗਾ, ਚਾਹੇ ਉਹਨਾਂ ਦੇ ਸੀਸੀਟੀਵੀ ਕੈਮਰਾ ਸੀ ਵੀ ਗਏ, ਉਹ ਨੁਕਸਾਨ ਹੋ ਚੁੱਕਾ ਸੀਗਾ ਜੀ। ਨਹੀਂ ਇਸ ਤਰ੍ਹਾਂ ਦਾ ਉਹਨਾਂ ਨੂੰ ਪੁੱਛਿਆ ਉਹਨਾਂ ਨੂੰ ਬਲਵੀਰ ਕੁਮਾਰ ਜੀ ਨੂੰ, ਪਰ ਲੇਕਿਨ ਉਹਨਾਂ ਨੇ ਕਿਸੇ ਦਾ ਸ਼ੱਕ ਨਹੀਂ ਲਗਾਇਆ, ਉਸ ਕਹਿੰਦੇ ਵੀ ਚਲੋ ਬਾਅਦ ਚ ਦੇਖਦੇ ਹਾਂ, ਹੋ ਸਕਦਾ ਪਹਿਲਾਂ ਉਹਨਾਂ ਨੇ ਇਹ ਪੀਰ ਨੂੰ ਕੰਟਰੋਲ ਵਧੀਆ, ਤੁਸੀਂ ਕਾਫੀ ਥੈਂਕ ਯੂ ਕਰ ਰਹੇ ਸੀ ਵੀ ਚਲੋ ਵਧੀਆ ਕੰਟਰੋਲ ਕਰ ਲਿਆ ਮੌਕੇ ਤੇ।